ਕੈਪਿੰਗ ਅਨਾਉਂਸਮੈਂਟ ਤੋਂ ਬਾਅਦ ਜਿੱਥੇ ਸਟੂਡੈਂਟ ਜਾਂ 스ਪਾ우스 ਵੀਜ਼ਾ ਵਾਲੇ ਤਾਂ ਬਹੁਤ ਡਰੇ ਪਏ ਆ ਕਿਉਂਕਿ ਪ੍ਰੋਪਰ ਇਨਫੋਰਮੇਸ਼ਨ ਉਹਨਾਂ ਨੂੰ ਹਾਲੇ ਤੱਕ ਵੀ ਨਹੀਂ ਪਹੁੰਚੀ ਬਟ ਇਸਦੇ ਉਲਟ ਕੈਨੇਡੀਅਨ ਐਮਬੈਸੀ ਧੜਾ ਧੜ ਵੀਜ਼ੇ ਇਸ਼ੂ ਕਰ ਰਿਆ ਅੱਜ 25 ਜਨਵਰੀ ਹੈ 25 ਜਨਵਰੀ ਨੂੰ ਜੀ ਇਮੀਗ੍ਰੇਸ਼ਨ 20 ਵੀਜ਼ਾਜ਼ ਰਿਸੀਵ ਕਰਦਾ ਜਿਦੇ ਵਿੱਚੋਂ 16 ਕੈਨੇਡਾ ਸਟੱਡੀ ਵੀਜ਼ਾ ਨੇ ਦੋ ਕੈਨੇਡਾ 스ਪਾ우스 ਓਪਨ ਪਰਮਨੈਂਟ ਦੋ ਕੈਨੇਡਾ ਬਿਸਟਰ ਵੀਜ਼ਾ ਜਿਨ੍ਹਾਂ ਨੂੰ 25-25 ਸਾਲ ਦੀ ਉਮਰ 'ਚ ਕੈਨੇਡਾ ਬਿਸਟਰ ਵੀਜ਼ਾ ਮਿਲਿਆ ਸੋ ਮੈਂ ਪਹਿਲਾਂ ਵੀ ਇਸ ਚੀਜ਼ ਦੇ ਬਾਰੇ ਦੱਸਿਆ ਪਿਛਲੇ 2 ਦਿਨ ਤੋਂ ਇਸ ਦੇ ਉੱਪਰ ਜ਼ੋਰ ਦੇ ਰਹੇ ਆਂ ਵੀ ਜਿੰਨਾ ਐਪਲੀਕੈਂਟਸ ਦੀ ਐਪਲੀਕੇਸ਼ਨ ਸਬਮਿਟ ਹੋਈ ਵੀ ਆ ਚਾਹੇ ਤਾਂ ਉਹ ਸਟੱਡੀ ਵੀਜ਼ਾ ਚਾਹੇ ਉਹ ਸਪਾਊਸ ਓਪਨ ਬਰ ਪਰਮਿਟ ਆ ਜਾਂ ਕੈਨੇਡਾ ਵਿਸਟਰ ਵੀਜ਼ਾ ਉਹਨਾਂ ਦੇ ਉੱਪਰ ਕੈਪਿੰਗ ਦਾ ਕੋਈ ਵੀ ਇੰਪੈਕਟ ਨਹੀਂ ਪਊਗਾ ਦੂਸਰਾ ਬਹੁਤ ਸਾਰੇ ਸਟੂਡੈਂਟਸ 스ਪਾউজ ਵਾਲਿਆਂ ਦੀ ਕੁਐਰੀਜ਼ ਆ ਰਹੀਆਂ ਨੇ ਕਿਉਂਕਿ ਹੁਣ ਪ੍ਰੋਸੈਸਿੰਗ ਟਾਈਮ ਜ਼ਿਆਦਾ ਲੱਗ ਰਿਹਾ ਵੀ ਕਿੰਨੇ ਟਾਈਮ ਚ ਡਿਸੀਜਨ ਆ ਰਿਹਾ ਸੋ ਅਗਰ ਇਹਨਾਂ ਵੀ ਐਪਲੀਕੇਸ਼ਨ ਨੂੰ ਮੈਂ ਸ਼ਾਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਪ੍ਰੋਸੈਸਿੰਗ ਟਾਈਮ ਦੀ ਵੀ ਤੁਹਾਨੂੰ ਡਿਟੇਲ ਦੇਵਾਂ ਤਾਂ ਪਹਿਲੀ ਐਪਲੀਕੇਸ਼ਨ ਮਨਪ੍ਰੀਤ ਤੇ ਜਸਵੀਰ ਸਟਡੀ 스ਪਾউজ ਆ ਵੀਜ਼ਾ 40 ਦਿਨ ਚ ਅਪਰੂਵ ਹੋਇਆ ਅਗੇਨ ਨਵਜੋਤ ਐਂਡ ਗੁਰਦੀਪ ਸਟਡੀ ਪਲੱਸ 스ਪਾউজ ਆ ਵੀਜ਼ਾ 39 ਦਿਨ ਚ ਅਪਰੂਵ ਹੋਇਆ ਮਨਪ੍ਰੀਤ ਦਾ ਸਟਡੀ ਵੀਜ਼ਾ 29 ਦਿਨ ਚ ਅਪਰੂਵ ਹੋਇਆ ਅਮਨਦੀਪ ਦਾ ਸਟਡੀ ਵੀਜ਼ਾ 3 ਸਖਪਾਲ ਦਾ ਸਟੱਡੀ ਵੀਜ਼ਾ ਅਗੇਨ 28 ਦਿਨ ਚ ਪ੍ਰੂਵ ਹੋਇਆ ਅਮਨਦੀਪ ਕੌਰ ਦੋ ਰਿਫਿਊਜ਼ਲ ਤੋਂ ਬਾਅਦ 30 ਦਿਨ ਚ ਅਪਰੂਵਲ ਆਉਂਦੀ ਹੈ ਸਿਮਰਨਪ੍ਰੀਤ ਜਿਹੜੀ ਕਿ 27 ਦਿਨ ਚ ਪ੍ਰੂਵ ਹੋਇਆ ਜੋਬਲਪ੍ਰੀਤ ਕੌਰ ਦਾ ਵੀਜ਼ਾ 29 ਦਿਨ ਚ ਪ੍ਰੂਵ ਹੋਇਆ ਮਨਦੀਪ ਕੌਰ ਦਾ ਸਟੱਡੀ ਵੀਜ਼ਾ 39 ਦਿਨ ਚ ਪ੍ਰੂਵ ਹੋਇਆ ਕਮਲਪ੍ਰੀਤ ਦਾ ਸਟੱਡੀ ਵੀਜ਼ਾ 28 ਦਿਨ ਚ ਪ੍ਰੂਵ ਹੋਇਆ ਜੈਸਮੀਨ ਦਾ ਸਟੱਡੀ ਵੀਜ਼ਾ ਅਗੇਨ 28 ਦਿਨ ਚ ਪ੍ਰੂਵ ਹੋਇਆ ਉਸ ਤੋਂ ਬਾਅਦ ਅਮਨਦੀਪ ਕੌਰ ਜਿਹਦਾ ਦਾ ਵੀਜ਼ਾ ਦੋ ਰਿਫਿਊਜ਼ਲ ਤੋਂ ਬਾਅਦ 27 ਦਿਨ ਚ ਪ੍ਰੂਵ ਹੁੰਦਾ ਮਾਨਮਜੋਤ ਜੋ ਕਿ ਇਸਲਾਮ ਵਾਲਾ ਫਾਜ਼ਿਲ ਕਦੇ ਰਹਿਣ ਵਾਲਿਆ 38 ਦਿਨ ਚ ਪ੍ਰੂਵ ਹੁੰਦਾ ਹਸਨਪ੍ਰੀਤ 38 ਦਿਨ ਦੇ ਵਿੱਚ ਅਰਸ਼ਦੀਪ ਕੌਰ ਢਾਲੀਵਾਲ ਅਗੇਨ 38 ਦਿਨ ਦੇ ਵਿੱਚ ਪ੍ਰਪਜੋਤ ਕੌਰ 28 ਦਿਨ ਦੇ ਵਿੱਚ ਮਨਜੋਤ ਕੌਰ 38 ਦਿਨ ਦੇ ਵਿੱਚ ਇਹ ਸਾਰੇ ਦੇ ਸਾਰੇ ਸਟੱਡੀ ਜਾਂ ਸਟੱਡੀ ਪਲੱਸ ਪਾਉਸੀ ਹੁਣ ਦੋ ਵਿਸਟਰ ਵੀਜ਼ਾ ਸੁਖਪ੍ਰੀਤ ਕੌਰ ਇਹਨਾਂ ਦੀ ਉਮਰ 25 ਸਾਲ ਦੀ ਹੈ ਵੀਜ਼ਾ 32 ਦਿਨ ਚ ਪ੍ਰੂਵ ਹੋਇਆ ਤੇ ਨਵਦੀਪ ਸਿੰਘ ਬਰਾੜ ਜਿਨ੍ਹਾਂ ਦੀ ਉਮਰ 25 ਸਾਲ ਦੀ ਹੈ 35 ਦਿਨ ਦੇ ਵਿੱਚ ਜਿਹੜਾ ਕੈਨੇਡਾ ਵਿਸਟਰ ਵੀਜ਼ਾ ਅਪਰੂਵ ਹੋਇਆ ਸੋ ਪ੍ਰੋਸੈਸਿੰਗ ਟਾਈਮ ਪਹਿਲਾਂ ਨਾਲੋਂ ਇਨਕਰੀਜ਼ ਹੋਇਆ ਚਾਹੇ ਤਾਂ ਉਹ ਵਿਸਟਰ ਵੀਜ਼ਾ ਚਾਹੇ ਉਹ ਸਟੱਡੀ ਵੀਜ਼ਾ ਸਟੱਡੀ ਵੀਜ਼ਾ ਦਾ ਜਿਹੜਾ ਟਾਈਮ ਵੱਧਿਆ ਕਿਉਂਕਿ ਲੈਟਰ ਆਫ ਅਕਸੈਪਟੈਂਸ ਵੈਰੀਫਾਈ ਹੋਣ ਤੋਂ ਬਾਅਦ ਹੀ ਡਿਸੀਜਨ ਦਿੱਤਾ ਜਾਂਦਾ ਕਈ ਵਾਰ ਕਾਲਜ ਪਹਿਲੇ ਦਿਨ ਨੂੰ ਐਲਓ ਵੈਰੀਫਾਈ ਕਰ ਦਿੰਦਾ ਕਈ ਵਾਰ 10ਵੇਂ ਦਿਨ ਜਾ ਕੇ ਐਲਓ ਵੈਰੀਫਾਈ ਕਰਦਾ ਤਾਂ ਉਹੀ 10 ਦਿਨ ਉਹਦਾ ਡਿਸੀਜਨ ਲੇਟ ਹੋ ਜਾਂਦਾ ਸੋ ਕੋਈ ਵੀ ਹਾਲਤ ਤੱਕ ਕੋਈ ਵੀ ਇੰਪੈਕਟ ਸਬਮਿਟ ਹੋਈਆਂ ਪਹਿਲਾਂ ਤੇ ਨਾ ਹੀ ਤਾਂ ਪਿਆ ਨਾ ਹੀ ਅੱਗੇ ਪੈਣਾ ਡਰਨ ਦੀ ਲੋੜ ਨਹੀਂ ਹੈ